ਪਾਰਲੀਮੈਂਟ ਹਲਕੇ ਫਰੀਦਕੋਟ ਦੇ ਵਿੱਚ ਮੌਜੂਦ ਹਾਂ ਤੇ ਵਿਧਾਨ ਸਭਾ ਹਲਕਾ ਵੀ ਫਰੀਦਕੋਟ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ। ਜਥੇਦਾਰ ਅਕਾਲੀ ਫੂਲਾ ਸਿੰਘ ਚੌਂਕ ਦੇ ਵਿੱਚ ਇਸ ਵੇਲੇ ਮੌਜੂਦ ਹਾਂ। ਤਾਂ ਫਰੀਦਕੋਟ ਦੇ ਲੋਕ ਕਿਸ ਪਾਸੇ ਵੱਲ ਝੁਕਾ ਦਿਖਾ ਰਹੇ ਨੇ, ਆਖਿਰ ਇਸ ਵਾਰ ਇੱਥੇ ਨਤੀਜੇ ਕੀ ਰਹਿਣਗੇ, ਫਰੀਦਕੋਟ ਦੇ ਲੋਕਾਂ ਦੀ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਸਿਆਸੀ ਫਿਜ਼ਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਇੱਧਰ ਕੁਝ ਅੰਕਲ ਬੈਠੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰ ਫਰੀਦਕੋਟ ਦੇ ਵਿੱਚ ਚੱਲ ਕੀ ਰਿਹਾ। ਅੰਕਲ ਜੀ, ਸਿਆਸਤ ਕੀ ਕਹਿ ਰਹੀ ਹੈ ਫਰੀਦਕੋਟ ਦੀ ਇਸ ਵੇਲੇ? ਤੁਸੀਂ ਤਾਂ ਦੇਖੋ, ਤੁਹਾਡਾ ਜ਼ਿੰਦਗੀ ਦਾ ਤਜਰਬਾ ਹੈ, ਤੁਸੀਂ ਇਕੱਠੇ ਬੇਲੀ ਬੇਲੀ ਬੈਠੇ ਹੋ, ਸਲਾਹ ਮਸ਼ਵਰਾ ਵੀ ਕਰਦੇ ਹੋਵੋਗੇ। ਸਾਰੇ ਚੋਰ ਇਕੱਠੇ ਹੋਏ ਆ, ਚੋਰ ਆ ਸਾਰੇ। ਕੀ ਚੱਕਰ ਅੰਕਲ ਏਦਾਂ ਦੀ, ਵਿੱਚ ਕਿਉਂ ਬਣ ਗਈ ਲੀਡਰਾਂ ਦੀ? ਲੀਡਰ ਉਹੀ ਬੰਦਾ ਜਿਹੜੇ 500 ਬੰਦਾ ਹੁੰਦਾ, ਮੂਹਰੇ ਆਈ ਜਾਂਦਾ ਸਾਰਾ, ਉਹੀ ਉਧਰ ਉਧਰ ਉੱਠ ਜਾਂਦਾ, ਉਧਰ ਉਧਰ ਉੱਠ ਜਾਂਦਾ। ਚੀਜ਼ ਤਾਂ ਉਹੀ ਆ, ਪਾਰਟੀਆਂ ਬਦਲੀ ਜਾਂਦੀਆਂ, ਬੰਦੇ ਉਹੀ ਆ। ਬਾਂਦਰ ਉਹੀ ਆ, ਟਪੂਸੀਆਂ ਉਸ ਦਿਨੀ ਤੇ ਬਹਿ ਗਏ, ਉਸ ਤੇ ਬਹਿ ਗਏ ਜੀ, ਬਾਂਦਰ ਉਹੀ ਆ। ਕਿਸੇ ਨੇ ਸਵਾਰਨਾ, ਕਿਸੇ ਨੇ ਕੁਛ ਨੀ ਹੈ, ਸਭ ਚੋਰ ਇਕੱਠੇ ਕੀਤੇ ਆ। ਮੋਦੀ ਸਾਹਿਬ ਕਹਿੰਦੇ ਜਦੋਂ ਮੈਂ ਆ, 12-12 ਲੱਖ ਰੁਪਇਆ ਕਦੇ ਖਾਤੇ ਚ ਆਊਗਾ, 10 ਰੁਪਈਏ ਕਿਸੇ ਖਾਤੇ ਚ ਆਏ। ਹਾਂਜੀ, ਇਵੇਂ ਦੂਜਿਆਂ ਦੇ ਵਾਅਦੇ ਸਾਰੇ ਪਾਰਟੀਆਂ ਦੇ ਆ, ਵਾਅਦੇ ਵੱਡੇ ਕਰ ਬੈਠਦੀਆਂ। ਲੀਡਰ ਉਹੀ ਆ, ਇਹ ਨੀ ਪਤਾ ਅਸੀਂ ਜਨਤਾ ਔਖੀ ਹੋ ਗਈ ਆ, ਕੱਲ ਨੂੰ ਜਾਣਾ ਕਿਹੜੇ ਪਾਸੇ ਆ। ਤੁਸੀਂ ਜਿਤਾ ਕੇ ਕਿਤੇ ਹੋਰ ਭੇਜਦੇ ਹੋ, ਉਹ ਪਹੁੰਚ ਕੇ ਨਿਕਲਦਾ ਕਿਤੇ ਹੋਰ, ਨਿਕਲਦਾ ਕਿਤੇ ਹੋਰ। ਹਾਂਜੀ, ਇਹੀ ਗੱਲ ਸਾਰੀ। ਤੇ ਇਹ ਜਿਹੜੇ ਨਾ ਬੰਦੇ, ਇਹ ਬੰਦੇ ਤਾਂ ਉਹੀ ਆ ਇਹ। ਹਾਂਜੀ, ਤੇ ਸਾਨੂੰ ਨੀ ਪਤਾ ਲੱਗਦਾ, ਇਹਨਾਂ ਦਾ ਪਤਾ ਕੋਈ ਨੀ, ਕੱਲ ਅੱਜ ਇਸ ਪਾਰਟੀ ਚ, ਕੱਲ ਨੂੰ ਕਿਹੜੀ ਪਾਰਟੀ ਜਾਂਦੇ ਇਹ। ਅਸੀਂ ਔਖੇ ਹੋਏ ਸੀ, ਅਸੀਂ ਸਟੈਂਡ ਤੇ ਜਿਹੜੇ ਖੜਦੇ ਆ, ਅਸੀਂ ਖੜਦੇ ਆ। ਤਾਂ ਫਿਰ ਕੀ ਫੈਸਲਾ ਕੀ ਰਹੂਗਾ ਵੋਟਰ ਦਾ? ਫੈਸਲਾ ਵੋਟਰ ਦਾ ਫੈਸਲਾ ਤਾਂ ਇਹ ਜੀ, ਜ਼ਿਆਦੇ ਨੋਟਾਂ ਜ਼ਿਆਦੇ ਕੰਮ ਕਰੂਗੀ, ਵੋਟਾਂ ਘੱਟ ਬੋਲ ਹੋਣਗੀਆਂ ਜੀ। ਦੁਨੀਆਂ ਔਖੀ ਬਹੁਤ ਹੈ, ਇਹ ਨੀ ਗੱਲ ਹੈਗੀ। ਹਾਂਜੀ, ਕਿ ਦੁਨੀਆਂ ਦਾ ਸਟੈਂਡ ਹਲੇ ਹੈਗਾ, ਇਹ ਲੀਡਰਾਂ ਦਾ ਸਟੈਂਡ ਕੋਈ ਨੀ ਇਹਨਾਂ ਦਾ। ਦਲ ਬਦਲੀ ਸਾਫ਼ ਤੌਰ ਤੇ ਨਾਰਾਜ਼ਗੀ ਨਜ਼ਰ ਆਉਂਦੀ ਆ। ਸਤਿ ਸ੍ਰੀ ਅਕਾਲ ਜੀ, ਸਤਿ ਸਾਹਿਬ, ਕੀ ਲੱਗਦਾ, ਕਿਵੇਂ ਦੇਖਦੇ ਹੋ, ਜਿਵੇਂ ਹੁਣੇ ਇਹਨਾਂ ਚ ਬੜਾ ਰੋਸ ਪਾਇਆ ਗਿਆ, ਕੀ ਲੱਗਦਾ ਪਲੜਾ ਕਿਹਦਾ ਭਾਰੀ ਆ? ਕੋਈ ਪਤਾ ਨੀ ਲੱਗਦਾ, ਕੋਈ ਭੇਤ ਹੀ ਨੀ ਦੇ ਰਹੇ। ਇਹ ਇਹਨਾਂ ਦਾ ਨੀ ਭੇਤ, ਇਹਨਾਂ ਦਾ ਨੀ ਭੇਤ, ਮੇਰਾ ਨੀ ਭੇਤ, ਮੈਂ ਕਿਹਨੂੰ ਵੋਟ ਪਾਉਣੀ? ਹਲੇ ਬੰਦਾ ਤਾਂ ਭੇਤ ਹੈਗਾ ਲੀਡਰ। ਹਵਾ ਕੀ ਚੱਲਦੀ ਹੈ ਵੈਸੇ? ਕੋਈ ਨੀ ਹਵਾ, ਜਮਾ ਹੀ ਬਣਦਾ ਕੰਮ। ਮੌਕਾ ਦੱਸੋ, ਮੌਕਾ ਹੀ। ਅੱਛਾ, ਤੁਸੀਂ ਫਿਰ ਪਾਰਟੀ ਦੇਖੋਗੇ, ਲੀਡਰ ਦੇਖੋਗੇ, ਕੀ ਸੋਚ ਕੇ ਵੋਟ ਪਾਓਗੇ? ਦੂਜੇ ਤਾਂ ਅੱਗੇ ਵੇਖੇ ਹੀ ਆ, ਇਹਨੂੰ ਪਾ ਦਾਂਗੇ ਮੁੰਡੇ ਨੂੰ। ਕਿਹੜੇ ਨੂੰ? ਅਨਮੋਲ ਨੂੰ। ਚਲੋ ਜੀ, ਤਾਂ ਇਹਨਾਂ ਨੇ ਆਪਣੀ ਰਾਏ ਦਿੱਤੀ ਆ। ਉਧਰ ਅੰਕਲ ਬੈਠੇ ਨੇ, ਅੰਕਲ ਵਾਲੇ ਪਾਸੇ ਚੱਲਦੇ ਆ। ਅੰਕਲ ਜੀ, ਕਿਵੇਂ ਦੇਖੀਏ ਤੁਹਾਡੇ ਆ ਦੋਸਤ ਜਿਹੜੇ ਨੇ, ਇਹ ਤਾਂ ਕਾਫੀ ਨਿਰਾਸ਼ ਨਜ਼ਰ ਆ ਰਹੇ ਆ। ਹਾਂਜੀ, ਦੇਖੋ ਜੀ, ਗੱਲ ਤਾਂ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਨੇ ਜਿੰਨੇ ਜਵਾਬਦਾਰੀ ਦਾ ਕੀਤਾ ਸੀ, ਕਿਸੇ ਗੱਲ ਤੇ ਵੀ ਨਹੀਂ ਨਿਭੇ। ਔਰ ਜਿਹੜੀ ਗੱਲ ਇਹਨਾਂ ਨੇ ਕੀਤੀ ਸੀ, ਕਿਸੇ ਗੱਲ ਦੇ ਵਿੱਚ ਭਗਵੰਤ ਮਾਨ ਤਾਂ ਉਹ ਫਰੀਦਕੋਟ ਚ ਵੜਿਆ ਹੀ ਨਹੀਂ। ਜਿਹੜੇ ਬੋਰਡ ਮੈਡੀਕਲ ਕਾਲਜ ਦਾ ਕਹੀ ਜਾਂਦਾ ਸੀ, ਉਹ ਕਰਤਾ, ਜੋ ਕਰਤਾ, ਪੁਰਾਣੇ ਬੋਰਡ ਚੱਕ ਕੇ ਨਵੇਂ ਲਵਾ ਕੇ ਆਹ ਕੁਛ ਕਰੀ ਜਾਂਦਾ। ਫਿਰ ਕਿਹੜਾ ਠੀਕ ਲੱਗਦਾ ਤੁਹਾਨੂੰ, ਕਿੱਧਰ ਜਾਣੀਆਂ ਵੋਟਾਂ? ਹੁਣ ਤਾਂ ਮਰੇ ਪੈ ਜਾਂਦਾ, ਕਰਜ਼ਾ ਤੇ ਕਰਜ਼ਾ ਲਈ ਜਾਂਦਾ ਇਹ ਪੰਜਾਬ ਨੂੰ ਹਾਰਨਗੇ। ਅੱਜ ਦੀ ਤਰੀਕ ਜੇ ਪੁੱਛੋ, ਮੈਂ ਤਾਂ ਕਾਂਗਰਸ ਦੇ ਹੱਕ ਚ। ਇਹਨਾਂ ਨੇ ਆਪਣੀ ਰਾਏ ਦਿੱਤੀ। ਹਾਂਜੀ ਅੰਕਲ, ਕਾਂਗਰਸ ਆਊਗੀ। ਅੱਛਾ, ਪਰ ਪਹਿਲਾਂ ਕਾਂਗਰਸ ਸੀਗੀ ਨਾ, ਹੁਣ ਫਾਇਦਾ ਫਿਰ ਦੇਖਣ ਨੂੰ ਕਰਦੇ? ਹਾਂਜੀ ਬਿਲਕੁਲ, ਵੇਖਣਾ ਚਾਹੁੰਦਾ ਫਰੀਦਕੋਟ ਚ ਖਾਸ ਕਰ। ਆਪਣੀ ਰਾਏ ਨੇ ਦਿੱਤੀ ਆ। ਹਾਂਜੀ ਵੀਰ, ਇਹ ਅੰਕਲ ਹੋਰਾਂ ਦੀ ਰਾਏ ਤੁਸੀਂ ਸੁਣੀ ਹੈ, ਐਤਕੀ ਕਿਹਦੀ ਹਵਾ ਜ਼ਿਆਦਾ ਲੱਗਦੀ? ਭਗਵੰਤ ਮਾਨ ਨੂੰ ਤਾਂ ਚਾਹੁੰਦੇ ਨੀ ਹੈ, ਪਰ ਇੰਨੇ ਲੋਕਾਂ ਨੇ 92 ਸੀਟਾਂ ਦਿੱਤੀਆਂ ਸੀ। ਦਿੱਤੀਆਂ ਵੀਰੇ, ਇੱਥੇ ਫਰੀਦਕੋਟ ਇੱਕ ਵਾਰੀ ਵੀ ਨਹੀਂ ਆਇਆ, ਉਹ ਦੱਸੋ ਕਦੋਂ ਆਇਆ, ਉਹ ਕਿਹੜੇ ਕੰਮ ਤੇ ਆਇਆ, ਉਹ ਕਿਹੜਾ ਕੰਮ ਚੰਗਾ ਕੀਤਾ ਉਹਨੇ? ਜੇ ਉਹ ਚੰਗਾ ਕੰਮ ਕੀਤਾ ਉਹ ਤਾਂ ਫੇਰ ਹੀ ਚੰਗਾ ਕਹਾਂਗੇ ਨਾ। ਮੈਂ ਕਹੂੰ ਮੈਂ ਚੰਗਾ, ਤੁਸੀਂ ਕਹੋਗੇ ਮੈਂ ਚੰਗਾ, ਐਂ ਤਾਂ ਚੰਗਾ ਨਹੀਂ ਹੋ ਸਕਦਾ ਜੀ, ਦੁਨੀਆਂ ਸਾਰੀ ਨਾ ਕਵੇ ਤਾਂ, ਠੀਕ ਹੈ ਨਾ।
ਫਿਰ ਵੋਟ ਪਾਉਣ ਲੱਗੇ ਕੀ ਸੋਚੋਗੇ ਐਤਕੀ? ਵੋਟ ਕੀ ਸੋਚਣੀ, ਮੈਂ ਤਾਂ ਪਹਿਲਾਂ ਅਕਾਲੀਆਂ ਨੂੰ ਪਾਉਂਦਾ, ਜੇ ਕਾਂਗਰਸ ਚ ਅਕਾਲੀ ਆਮ ਆਦਮੀ ਨੂੰ ਤਾਂ ਪਾਉਣੀ ਨੀ, ਆਪਾਂ ਕਾਹਦੇ ਵਾਸਤੇ ਪਾਉਣੀ ਵੋਟ ਖਰਾਬ ਕਰਨੀ ਆ? ਤੇ ਇਹਨਾਂ ਚੋਂ ਫਾਈਨਲ ਦੋਨਾਂ ਚ ਕਿਹੜਾ ਕਰਨਾ, ਅਖੀਰ ਤੇ ਕਦੋਂ ਜਾਇਆ ਕਰਨਾ? ਨਹੀਂ ਫਾਈਨਲ ਆਪਾਂ ਵੇਖ ਕੇ ਕਰਾਂਗੇ ਨਾ, ਆਪਾਂ ਸੋਚਾਂਗੇ ਵੀ ਕਿੱਧਰ ਆ, ਮਤਲਬ ਕਿ ਪਰ ਇਹਨਾਂ ਨੂੰ ਨਹੀਂ ਅਸੀਂ ਚਾਹੁੰਦੇ ਗੇ, ਮਤਲਬ ਮਾਹੌਲ ਵੇਖ ਕੇ ਪਾਉਂਗੇ? ਹਾਂਜੀ ਮਾਹੌਲ ਵੇਖ ਕੇ ਪਾਵਾਂਗੇ, ਪਰ ਆਮ ਆਦਮੀ ਨਹੀਂ ਚਾਹੁੰਦੇ ਗੇ, ਨਹੀਂ ਚਾਹੁੰਦਾ, ਜਮਾਂ ਹੀ ਨਹੀਂ ਚਾਹੁੰਦਾ, ਕੋਈ ਵੀ ਨਹੀਂ ਚਾਹੁੰਦਾ ਗਾ। ਤਾਂ ਰੋਸ ਆ ਜੀ ਮਾਹੌਲ ਵੇਖ ਕੇ ਇੱਧਰ ਬਾਊ ਜੀ ਬੇਟੇ, ਬਾਊ ਜੀ ਅੱਜ ਤਾਂ ਤੁਹਾਡੇ ਦੋਸਤ ਗੱਲਾਂ ਕਰੀ ਜਾਂਦੇ ਸੀ, ਤੁਸੀਂ ਵੀ ਸੁਣਾ ਦਿਓ ਆਪਣੇ ਦੇ। ਹੈਂ ਆਪਣੇ ਦੇ ਨਹੀਂ, ਇਹਨੇ ਸੁਣੋ ਬਾਈ, ਇਹਨਾਂ ਦੀ ਸੁਣੀਏ। ਹਾਂ ਨਹੀਂ ਇਹਨੇ ਤਾਂ ਸੁਣੋ ਬਾਈ, ਇਹਨਾਂ ਤੁਸੀਂ ਸੁਣੋ, ਕਹਿੰਦੇ ਮੇਰੇ ਨਾਲ ਗੱਲ ਨਾ ਕਰੋ। ਚਲੋ ਤੁਹਾਡੇ ਨਾਲ ਕਰ ਲੈਣੇ ਗੱਲ, ਆਪਾਂ ਕਿਵੇਂ ਦੇਖਦੇ ਹੋ ਸਿਆਸੀ ਹਾਲਾਤ ਕੀ ਆਉਂਦੇ ਆ? ਬਸ ਸਿਆਸੀ ਹਾਲਾਤ ਹੋਏ ਹੈਗੇ, ਜਿਵੇਂ ਅਗਲਾ ਵਾਅਦੇ ਕਰਦੇ ਤੇ ਮੁੱਕਰ ਜਾਂਦੇ ਆ, ਠੀਕ ਆ। ਬਾਕੀ ਜਿਹੜਾ ਕੁਛ ਅਗਲਾ ਕਰੀ ਜਾਂਦਾ, ਜਿਵੇਂ ਅਗਲੇ ਲੀਡਰ ਕਰੀ ਜਾਂਦੇ, ਸਾਰਾ ਕੁਛ ਚੰਗਾ ਕਰੀ ਜਾਂਦੇ ਆ, ਬਾਕੀ ਕੁਛ ਨਹੀਂ। ਜਿਵੇਂ ਸਾਰੇ ਕਰੀ ਜਾਂਦੇ ਉਹ ਮਾਨ ਸਾਹਿਬ ਨੇ ਕੀਤਾ ਗਾ, ਪਰ ਇਹ ਆ ਕਿ ਮਾਨ ਸਾਹਿਬ ਨੇ ਬਾਈ ਕੰਮ ਕੀਤਾ ਹੈਗਾ, ਕੰਮ ਕੀਤਾ ਹੈਗਾ ਬਾਈ, ਬਹੁਤ ਕੀਤਾ ਹੈਗਾ। ਕਿੰਨੇ ਕੁੜੀਆਂ ਮੁੰਡੇ ਨੂੰ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ ਹੈ, ਕਿੰਨੇ ਨੂੰ ਨੌਕਰੀ ਦਿੱਤੀ ਆ, ਕਿੱਦਾਂ ਤਾਂ ਬਹੁਤ ਕੁਛ। ਹੁਣ ਲੋਕੀ ਹੁਣ ਦੱਸ, ਹੁਣ 5 ਸਾਲ ਚ ਕੀ ਕਰੂਗਾ ਅਗਲਾ, ਫਿਰ ਕਿੱਧਰ ਜਾਊਗੀ ਵੋਟ ਐਤਕੀ? ਬਸ ਆਪਕੇ ਬਾਰੇ ਉਹਨਾਂ ਦੇਖਿਆ ਜਾਊਗਾ, ਹੁਣ ਕਿਹਨੂੰ ਪਾਈਏ ਦੱਸ, ਮੌਕਾ ਦੇਖ ਕੇ ਦੱਸਿਆ ਜਾਊਗਾ ਬਹੁ, ਮੌਕਾ ਦੇਖ ਕੇ ਦੱਸਾਂਗਾ। ਇੱਧਰ ਅੰਕਲ ਜੀ ਹੋਰ ਆ ਗਏ ਨੇ, ਸਿੰਘ ਸਾਹਿਬ ਇੱਧਰ ਆਓ ਮਾੜਾ ਜਿਹਾ, ਅੰਕਲ ਐਕਟਿਵਾ ਤੋਂ ਉਤਰੇ, ਅੰਕਲ ਜੀ ਖੜ ਜਾਓ ਐਕਟਿਵਾ ਦੇ ਕੋਲੇ ਹੀ ਖੜ ਜਾਓ, ਤੁਹਾਡੀ ਰਾਏ ਇੱਥੇ ਲੈਣ ਗਈ ਆਪਾਂ, ਆਜੋ ਆਜ, ਨਹੀਂ ਨਹੀਂ ਆਜੋ ਆਜੋ। ਅੰਕਲ ਕੀ ਆਉਂਦੀ ਹੈ ਸਿਆਸਤ, ਤੁਸੀਂ ਗੇੜਾ ਗੂੜਾ ਕੱਢ ਕੇ ਆਏ ਹੋ, ਹੁਣ ਬੈਠ ਕੇ ਗੱਲਾਂ ਬਾਤਾਂ ਵੀ ਕਰਦੇ ਹੋਵੋਗੇ, ਕਿਹੜਾ ਅੱਗੇ ਲੱਗਦਾ? ਮੇਰੇ ਖਿਆਲ ਤੱਕ ਕੋਈ ਵੀ ਪਾਰਟੀ ਚਾਹੀਦੀ ਹੈ ਨੀ, ਪੰਜਾਬੀ ਮੁਕਾ ਦੋ ਗੱਲ ਹੋ ਗਈ, ਕੋਈ ਕੰਮ ਤਾਂ ਕਰਦੀ ਨੀ ਕੋਈ, ਜੇ ਕੋਈ ਕੰਮ ਕਰੇ ਤਾਂ ਫਿਰ ਤੱਕ ਮਰੋ ਮੰਗੇ। ਭਾਰਤੀ ਜਨਤਾ ਪਾਰਟੀ ਮਰੋਗੇ, ਆਪਣੇ ਆਪ ਨੂੰ ਬਹੁਤ ਮਰੋਗੇ, ਇੱਕ ਧਰਮ ਦੇ ਨਾਂ ਤੇ ਮਰੋਗੇ, ਲੋਕਾਂ ਨੂੰ ਬੁੱਧੂ ਬਣਾਈ ਜਾਂਦੀ ਹੈ, ਸਹੀ ਗੱਲ ਹੈ ਕਿ ਗਲਤ ਗੱਲ ਹੈ? ਪਰ ਫਿਰ ਐਤਕੀ ਵੋਟ ਕਿਹਨੂੰ ਪਾਉਂਗੇ? ਵੋਟ ਤਾਂ ਦੇਖਾਂਗੇ ਮੌਕੇ ਤੇ, ਪਾਇਓ ਜ਼ਰੂਰ ਵੋਟ, ਪਾ ਵੋਟ ਜ਼ਰੂਰ ਪਾਵਾਂਗੇ, ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿਹਨੂੰ ਵੋਟ ਪਾਉਣੀ। ਅੱਛਾ ਲੀਡਰ ਵੇਖੋਗੇ, ਪਾਰਟੀ ਵੇਖੋਗੇ? ਜਿਹੜੀ ਕੋਈ ਪਾਰਟੀ ਕੰਮ ਕਰਦੀ ਹੈ, ਆਮ ਆਦਮੀ ਪਾਰਟੀ ਥੋੜਾ ਕੰਮ ਕਰਦੀ ਪਈ ਹੈ, ਠੀਕ ਹੈ, ਦੂਜੀਆਂ ਪਾਰਟੀਆਂ ਨੇ ਕੋਈ ਕੰਮ ਨਹੀਂ ਕੀਤਾ, ਅਕਾਲੀ ਪਾਰਟੀ ਤੇ ਕਾਂਗਰਸ ਤੇ ਪੰਜਾਬ ਨੂੰ ਲੁੱਟ ਕੇ ਖਾ ਗਈ ਹੈ। ਚਲੋ ਰੈਸਲਾ ਕਰਕੇ ਪਾਉਂਗੇ? ਹਾਂਜੀ ਰੈਸਲਾ ਰੈਸਲਾ ਕਰਕੇ, ਤਾਂ ਸਭ ਦੀ ਆਪਣੀ ਆਪਣੀ ਰਾਏ ਹੈ, ਥੋੜਾ ਹੋਰ ਅੱਗੇ ਲੋਕਾਂ ਦੀ ਰਾਏ ਜਾਣ ਦੀ ਕੋਸ਼ਿਸ਼ ਕਰ ਲੈਂਦੇ, ਅਗਲੇ ਪਾਸੇ ਚੱਲਦੇ ਹਾਂ। ਤਾਂ ਇਹ ਬਜ਼ੁਰਗ ਮਿੱਤਰਾਂ ਦੀ ਇਹ ਟੋਲੀ, ਜਿਹੜੇ ਬਜ਼ੁਰਗ ਬੈਠੇ ਇੱਥੇ, ਜ਼ਿਆਦਾ ਚਰਚਾਵਾਂ ਆਪਸ ਦੇ ਵਿੱਚ ਕਰਦੇ ਨੇ ਸਮਾਂ ਕੱਢ ਕੇ, ਤਾਂ ਕਰੀਬ ਕਰੀਬ ਸਾਰਿਆਂ ਦੇ ਵਿੱਚ ਨਿਰਾਸ਼ਾ ਬੜੀ ਨਜ਼ਰ ਆਈ। ਇੱਧਰ ਵੀਰ ਹੋਣੀ ਬੈਠੇ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ, ਕੀ ਹੈ ਕੀ ਵੋਟਾਂ ਦੀ ਹਵਾ ਕਿੱਧਰ ਨੂੰ ਜ਼ਿਆਦਾ ਚੱਲਦੀ ਹੈ? ਅਜੇ ਤਾਂ ਯਾਰ ਬਾਈ ਜੀ ਕੋਈ ਪਤਾ ਨਹੀਂ, ਅਜੇ ਤਾਂ ਵੀ ਲੋਕ ਤੁਰੇ ਫਿਰਦੇ ਬਸ, ਸਾਰੇ ਨਾਲ ਹੀ ਉਹਨੇ ਕਿ ਇੱਧਰੋਂ ਆਉਂਦੇ ਤੇ ਆਉਂਦੇ ਪਰ ਗੇੜੇ ਗੁੜੇ ਕੱਢਦੇ ਫਿਰਦੇ ਜੀ, ਉਹਨਾਂ ਕੋਈ ਜ਼ਿਆਦਾ ਨਹੀਂ ਹੈ ਜੀ। ਨਹੀਂ ਪਰ ਫਿਰ ਵੀ ਕੀ ਲੱਗਦਾ, ਕਿਹੜਾ ਅੱਗੇ ਲੱਗਦਾ? ਜੀਤ ਅਨਮੋਲ ਨਹੀਂ ਕਿਹੜਾ ਕਰਨ, ਉਹ ਸ਼ਾਇਦ ਜਿੱਤ ਸਕਦੇ ਹਾਂ, ਉਹਦਾ ਥੋੜਾ ਪ੍ਰਭਾਵ ਹੈਗਾ, ਉਹਦਾ ਜ਼ਿਆਦਾ। ਹਾਂ ਤੁਸੀਂ ਵੀ ਉੱਧਰ ਹੀ ਹੈ? ਅਸੀਂ ਵੀ ਉੱਧਰ ਹੀ ਭਰਾ ਜੀ, ਤੁਸੀਂ ਵੀ ਉੱਧਰ ਹੀ? ਹਾਂਜੀ ਵੀਰ, ਕੁਛ ਕਹਿ ਨਹੀਂ ਸਕਦੇ ਜੀ, ਲੋਕਾਂ ਇਹਨੇ ਰੈਲੀ ਕਰਦੀ, ਲੋਕ ਉੱਧਰ ਹੀ ਉਹਨੇ ਕੱਟ ਹੁੰਦੇ ਜੀ, ਉੱਧਰ ਵੀ ਅਜੇ ਐਂਡ ਤੇ ਪਹਿਲਾਂ ਕੋਈ ਬੂਟਾ ਪੈਣਗੇ, ਬਾਅਦ ਚ ਨਤੀਜਾ ਹੋਊ। ਅੱਛਾ ਕੱਟ ਤਾਂ ਉਹਨੇ ਹੁੰਦਾ, ਕਈ ਵਾਰੀ ਬੰਦੇ ਵੀ ਉਹੀ ਹੁੰਦੇ, ਉੱਧਰ ਵੀ ਤੇ ਉੱਧਰ ਵੀ, ਉੱਧਰ ਉਹੀ ਹੁੰਦੇ ਬੰਦੇ, ਉੱਧਰ ਵੀ ਉਹੀ ਹੁੰਦੇ, ਮੋਟਰਸਾਈਕਲ ਤੇਲ ਪਵਾਉਣ ਦੇ ਉੱਧਰ ਜਾੜੇ ਦੇ, ਉੱਧਰ ਜਾੜਦੇ, ਕੋਈ ਮੋਟਰਸਾਈਕਲ ਅਜੇ ਪਿੰਡਾਂ ਚੋਂ ਕੋਈ ਪਤਾ ਨਹੀਂ ਲੱਗ ਰਿਹਾ ਕਿੱਧਰ ਹੈ ਜੀ। ਅੱਛਾ ਰੈਲੀਆਂ ਦੋਨੇ ਪਾਸੇ ਹੋਈ ਜਾਂਦੀਆਂ, ਬੰਦੇ ਦੋਨੇ ਪਾਸੇ ਉਹੀ ਜਾਈ ਜਾਂਦੇ, ਉਹੀ ਜਾਈ ਜਾਂਦੇ, ਕੀ ਅੰਦਾਜ਼ਾ ਲੱਗੂ ਫਿਰ ਭਾਈ? 2-2 ਲੀਟਰ ਤੇਲ ਪਾਈ ਜਾਂਦੇ, 2-2 ਲੀਟਰ ਤੇਲ ਪਾਉਂਦੇ ਮੋਟਰਸਾਈਕਲਾਂ 'ਚ, ਉਹ ਬਸ ਝੰਡੇ ਉਹਨਾਂ ਦੇ ਹੱਥ 'ਚ ਉਹ ਹੋ ਜਾਂਦੇ, ਕਦੀ ਉਹ ਫੜ ਲੈਂਦੇ, ਘਰੇ ਝੰਡੇ ਸਾਰੇ ਰੱਖਣੇ ਬਦਲ ਲੈਂਦੇ। ਨਹੀਂ ਉਹ ਦੇ ਦਿੰਦੇ ਆ, ਹੋਈ ਪਾਰਟੀ ਵਾਲੇ ਦੇ ਦਿੰਦੇ ਵੀ ਆ ਜਾ ਚਾਹ ਲੈ ਲਓ। ਕੀ ਅੰਦਾਜ਼ਾ ਲੱਗੂ ਤੇ ਤੁਸੀਂ ਗੱਲਾਂ ਬਾਤਾਂ ਕਰਦੇ, ਤੁਹਾਡੇ ਕੋਲੇ ਲੋਕ ਆਉਂਦੇ? ਨਹੀਂ ਇੱਥੇ ਹੁਣ ਬਾਲਾ ਨਹੀਂ ਆਉਂਦੇ, ਸਾਡੇ ਕੋਲ ਬਸ ਸਤਿ ਸ੍ਰੀ ਅਕਾਲ ਬੁਲਾ ਜਾਂਦੇ ਆ ਤੇ ਜੈ ਰਾਮ ਕੀ ਬਸ।
ਵੇਖਦੇ ਨਤੀਜੇ ਕੀ ਸਰ ਕੀ ਲੱਗਦਾ ਜਿਵੇਂ ਬਾਈ ਜੀ ਹੋਣੀ ਕਹਿੰਦੇ ਰੈਲੀਆਂ ਦੋਨਾਂ ਦੀਆਂ ਇਕੱਠ ਹੁੰਦਾ ਬੰਦੇ ਦੋਨੇ ਬਸ ਇੱਕੋ ਬੈਠੇ ਹੁੰਦੇ ਆ। ਮੈਂ ਤਾਂ ਕਹਿੰਦਾ ਜੀ ਸਰਕਾਰ ਆਈ ਉਹਨੂੰ ਵੋਟ ਪਾਉਣੀ ਚਾਹੀਦੀ ਹੈ, ਕੰਮ ਲੈਣੇ ਸੌਖੇ ਆ, ਕੰਮ ਲੈਣੇ ਸੌਖੇ ਆ, ਬਾਕੀ ਸ਼ਹਿਰ ਦਾ ਵੀ ਆਪਣਾ ਕੰਮ ਕਾਰ ਹੁੰਦੇ ਰਹਿੰਦੇ ਆ। ਕਿਹੜਾ ਲੱਗਦਾ ਅੱਗੇ ਹੰਸਰਾ, ਹੰਸ ਨੂੰ ਤਾਂ ਵੋਟਾਂ ਨੀ ਪੈਂਦੀਆਂ ਬਾਈ ਜੀ ਯਾਰ ਕੀ, ਉਹ ਤਾਂ ਇੰਨੇ ਗਾਣੇ ਗੁਣੇ ਵੀ ਸੁਣਾਈ ਜਾਂਦੇ ਆ ਸਾਲੇ, ਉਹ ਆਪ ਹੱਥ ਜੁੜੀ ਜਾਂਦਾ, ਮੈਨੂੰ ਲੱਗਦਾ ਹੁਣ ਟਰੈਕਟਰ ਲੈ ਕੇ ਪਸਾਇਆ ਯਾਰ ਕੀ, ਉਹ ਖੜਨੇ ਨੀ ਚਾਹੀਦੇ ਸੀ ਹੁਣ ਸਿੱਧੀ ਗੱਲ ਆ। ਫਿਰ ਅੱਗੇ ਕਿਹੜਾ ਲੱਗਦਾ ਯਾਰ ਕੀ? ਅਨਮੋਲ ਦੀ ਲੱਗਦੀ ਮੈਨੂੰ ਸ਼ਾਇਦ ਜੀ। ਅੱਛਾ, ਆਮ ਆਦਮੀ ਪਾਰਟੀ? ਹਾਂ, ਆਮ ਆਦਮੀ ਪਾਰਟੀ ਲੱਗਦੀ ਹੈ। ਇਹਨਾਂ ਨੇ ਆਪਣੀ ਰਾਏ ਦਿੱਤੀ ਹੈ ਜੀ। ਇੱਧਰ ਇੱਕ ਆ ਵੀਰ ਹੋਰ ਆਇਆ, ਆਪਾਂ ਅੱਗੇ ਵੀ ਜਾਣ ਦੀ ਕੋਸ਼ਿਸ਼ ਕਰਦੇ ਆ, ਇੱਧਰ ਬੈਠੇ ਆ, ਇੱਧਰ ਚੱਲਦੇ ਆ। ਚਲੋ ਉੱਧਰ ਜਿਆਦਾ ਜਾਣੇ ਬੈਠੇ, ਇੱਧਰ ਵੀਰ ਕੱਲਾ ਸੀ, ਇੱਧਰ ਗੱਲਾਂ ਬਾਤਾਂ ਇੱਧਰ ਵੀ ਕਰ ਲੈਨੇ ਆ ਸਰਦਾਰ ਸਾਹਿਬ। ਚਲੋ ਫਿਰ ਖੇਡ ਲਿਆ ਜੇ ਮਾੜਾ, ਦੱਸ ਦਿਓ ਵੀ ਸਿਆਸੀ ਹਵਾ ਕੀ ਕਹਿੰਦੀ ਹੈ? ਸਿਆਸੀ ਹਵਾ ਨੇ ਕੀ ਕਹਿਣਾ, ਕੋਈ ਗੱਲ ਅੱਛਾ ਪੱਤਾ ਸਿੱਟਣ ਲੱਗੇ ਨਾਲ ਆਏ ਵੀ ਆਂਦੇ ਹੋਗੇ ਨਾ ਵੀ ਯਾਰ ਐਤਕੀ ਨਾ ਫਲਾਨਾ ਅੱਗੇ ਲੱਗਦਾ, ਕੀ ਲੱਗਦਾ ਫਿਰ ਵੀ? ਨਹੀਂ ਆਪਾਂ ਕੁਛ ਨੀ ਗੱਲ ਕਰਨੀ ਸਿਆਸੀ ਦੀ, ਐਵੇਂ ਠੀਕ ਹੈ ਕਿ ਨਹੀਂ ਹਜੇ ਕੋਈ ਪਤਾ ਨਹੀਂ। ਕੀ ਲੱਗਦਾ ਕੋਈ ਪਤਾ ਨਹੀਂ ਹਜੇ, ਲੋਕ ਚੋਰ ਸੈੱਟ ਹੈ ਠੀਕ ਹੈ, ਪਤਾ ਨੀ ਕਿਹੜੇ ਵੇਲੇ ਕਿਸੇ ਨੇ ਕਿੱਧਰ ਹੋ ਜਾਣਾ ਪਤਾ ਹੀ ਕੋਈ ਨਹੀਂ, ਕੋਈ ਪਤਾ ਨੀ। ਤੁਹਾਨੂੰ ਕੀ ਲੱਗਦਾ ਕਿਹੜਾ ਹੋਣਾ ਚਾਹੀਦਾ ਜੀ? ਸਾਨੂੰ ਅਸੀਂ ਤਾਂ ਮੋਦੀ ਨਾ ਆਇਆ ਬਸ, ਹੋਰ ਕੋਈ ਸਰਕਾਰ ਆ ਜੀ? ਅੱਛਾ, ਪਿੱਛੇ ਹਾਂਜੀ ਵੀਰ ਕਿਹੜਾ ਅੱਗੇ ਲੱਗਦਾ ਪਤਾ ਨੀ, ਫੇਰੀ ਮਾਰਤਾ ਬਾਈ ਨੇ ਤਾਂ ਕਹਿੰਦੇ ਪਤਾ ਨੀ। ਤਾਂ ਦੇਖੋ ਆਪਣੀ ਆਪਣੇ ਲੋਕਾਂ ਨੇ ਵਿਚਾਰ ਜਿਹੜੇ ਨੇ ਉਹ ਬਿਲਕੁਲ ਰੱਖਤੇ ਨੇ, ਤਾਂ ਫਰੀਦਕੋਟ ਦੀ ਜਨਤਾ, ਫਰੀਦਕੋਟ ਦੇ ਲੋਕ ਨੇ ਕਿਸ ਦੇ ਹੱਕ ਦੇ ਵਿੱਚ ਫਤਵਾ ਦੇਣਗੇ? ਸਮਾਂ ਦੱਸੇਗਾ।